ਪੰਜਾਬੀ ਸਪੋਰਟਸ ਦੇ ਅੱਜ ਦੇ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਅਸੀਂ ਖੇਡਾਂ ਦੀ ਦੁਨੀਆ ਤੋਂ ਨਵੀਂ ਜਾਣਕਾਰੀ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਵਿੱਚ ਹੋ ਰਹੇ ਕਬੱਡੀ ਵਰਲਡ ਕੱਪ ਬਾਰੇ। ਪੰਜਾਬੀ ਸਪੋਰਟਸ ਦੀ ਟੀਮ ਕਨੇਡੀਅਨ ਕਬੱਡੀ ਟੀਮ ਦੇ ਨਾਲ ਸਪੈਸ਼ਲ ਕਵਰੇਜ ਕਰਨ ਪੰਜਾਬ ਗਈ ਹੈ। ਆਉਣ ਵਾਲੇ ਕੁਝ ਹਫ਼ਤੇ ਅਸੀਂ ਤੁਹਾਨੂੰ ਪੰਜਾਬ ਤੋਂ ਵਿਸ਼ੇਸ਼ ਕਬੱਡੀ ਕਵਰੇਜ ਦਿਖਾਵਾਂਗੇ। ਆਓ ਦੇਖਦੇ ਹਾਂ ਇਹ ਐਕਸਕਲੂਸਿਵ ਰਿਪੋਰਟ। ਦੂਸਰਾ ਕਬੱਡੀ ਵਰਲਡ ਕੱਪ ਜੋ ਇਸ ਵੇਲੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੱਲ ਰਿਹਾ ਹੈ ਦੀ ਸ਼ੁਰੂਆਤ ਬੜੀ ਧੂਮਧਾਮ ਨਾਲ ਬਠਿੰਡਾ ਦੇ ਨਵੇਂ ਨਕੋਰ ਸਟੇਡੀਅਮ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਸਾਹਮਣੇ ਕੀਤੀ ਗਈ। ਸਾਰੇ ਦੇਸ਼ਾਂ ਦੀਆਂ ਟੀਮਾਂ ਨੇ ਮਾਰਚ ਪਾਸਟ ਕੀਤਾ। ਕੈਨੇਡਾ ਦੀ ਟੀਮ ਵੀ ਆਪਣੇ ਸਭ ਤੋਂ ਵਧੀਆ ਖਿਡਾਰੀ ਲੈ ਕੇ ਬੜੀ ਸ਼ਾਨੋ ਸ਼ੌਕਤ ਨਾਲ ਇਸ ਕੱਪ 'ਤੇ ਪਹੁੰਚੀ ਹੋਈ ਹੈ। ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਲੋਕ ਨਾਚ ਗਿੱਧਾ ਭੰਗੜਾ ਪੰਜਾਬੀ ਗਾਇਕ ਗਾਇਕਾਵਾਂ ਤੋਂ ਇਲਾਵਾ ਹਾਸਿਆਂ ਦੇ ਬਾਦਸ਼ਾਹ ਗੁਰਪ੍ਰੀਤ ਘੁੱਗੀ ਨੇ ਰੰਗ ਬੰਨ ਦਿੱਤਾ। ਲੇਜ਼ਰ ਸ਼ੋਅ ਵੀ ਹੋਇਆ। ਹਰ ਮੁੰਡੇ ਦੇ ਟੌਰ ਵੇਖਣ ਵਾਲੇ ਹੁੰਦੇ ਨੇ, ਸਕੂਟਰ ਕਿਸ਼ਤਾਂ ਦਾ ਹੁੰਦਾ, ਟੌਰ ਨਾਲ ਬੈਠੇ ਹੁੰਦੇ ਪੰਜੇ ਦੇ ਚੌਕੇ ਉੱਤੇ। ਪਹੁੰਚਿਆ ਹੋਰਨਾਂ ਬਾਲੀਵੁੱਡ ਦੇ ਕਲਾਕਾਰਾਂ ਤੋਂ ਇਲਾਵਾ ਸ਼ਾਹਰੁਖ ਖਾਨ ਨੇ ਵੀ ਆਪਣਾ ਜਲਵਾ ਦਿਖਾਇਆ। ਕੈਨੇਡੀਅਨ ਟੀਮ ਦੇ ਖਿਡਾਰੀ ਅਤੇ ਪ੍ਰਬੰਧਕ ਇਸ ਸਾਰੇ ਪ੍ਰਬੰਧ ਤੋਂ ਬਹੁਤ ਖੁਸ਼ ਹਨ ਅਤੇ ਉਮੀਦ ਕਰਦੇ ਹਨ ਕਿ ਇਸ ਵਾਰ ਕੈਨੇਡੀਅਨ ਟੀਮ ਪਿਛਲੇ ਸਾਲ ਤੋਂ ਵਧੀਆ ਪ੍ਰਦਰਸ਼ਨ ਕਰੇਗੀ। ਪੰਜਾਬ ਗੌਰਮੈਂਟ ਸੋਹਣਾ ਵਧੀਆ ਪ੍ਰਬੰਧ ਕੀਤਾ ਹੋਇਆ ਸੀਗਾ, ਸਾਰੀਆਂ ਟੀਮਾਂ ਨੇ ਜਿੱਦਾਂ ਮਾਰਕ ਪਾਸ ਕੀਤਾ, ਜੋ ਮਾਣ ਸਤਿਕਾਰ ਦੇਣਾ ਜੋ ਸਾਰੀਆਂ ਟੀਮਾਂ ਨੂੰ ਚਾਹੀਦਾ ਸੀਗਾ ਉਹ ਮਿਲਿਆ ਆ। ਵਧੀਆ ਪ੍ਰਬੰਧ ਸੀਗਾ ਅਤੇ ਅਸੀਂ ਇਸ ਪ੍ਰਬੰਧ ਤੋਂ ਠੀਕ ਆ, ਖੁਸ਼ ਆ ਸਾਰੇ ਜਣੇ ਜੀ। ਜਿਹੜੀ ਕੈਨੇਡਾ ਦੀ ਟੀਮ ਇੱਥੇ ਬਠਿੰਡੇ ਦੇ ਵਿੱਚ ਲੈ ਕੇ ਪਹੁੰਚੇ ਹਾਂ, ਅੱਜ ਸੈਕਿੰਡ ਜਿਹੜਾ ਵਰਲਡ ਕਬੱਡੀ ਕੱਪ ਹੋ ਰਿਹਾ ਉਸ 'ਤੇ ਜਿਹੜਾ ਕਿ ਉਦਘਾਟਨੀ ਸਮਾਰੋਹ ਸੀ ਉਸਦੇ ਵਿੱਚ ਅਸੀਂ ਸ਼ਾਮਿਲ ਹੋਏ ਹਾਂ। ਇਹ ਇੱਕ ਕਬੱਡੀ ਦੇ ਖੇਤਰ ਦੇ ਵਿੱਚ ਇਹ ਕਹਿ ਲਈਏ ਇਤਿਹਾਸਿਕ ਦਿਨ ਸੀ, ਕਿਉਂਕਿ ਜਿਹੜੀ ਕਬੱਡੀ ਅਸੀਂ ਸਾਰੀਆਂ ਫੈਡਰੇਸ਼ਨਾਂ ਨੇ ਰਲ ਕੇ ਇੱਕ ਟੀਚਾ ਮਿਥਿਆ ਸੀ, ਕਿਉਂਕਿ 1991 ਤੋਂ ਲੈ ਕੇ 22 ਕਬੱਡੀ ਕੱਪ ਅੰਟਾਰੀਓ ਫੈਡਰੇਸ਼ਨ ਨੇ ਕਰਾਏ ਨੇ। ਅੱਜ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਦੂਜਾ ਵਰਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ, ਉਸ ਲਈ ਅਸੀਂ ਸੂਚੀਆਂ ਫੈਡਰੇਸ਼ਨਾਂ ਦੀਆਂ ਤਰਫੋਂ ਅਸੀਂ ਜਿਹੜੀ ਪੰਜਾਬ ਸਰਕਾਰਾਂ ਦੇ ਧੰਨਵਾਦੀ ਹਾਂ। ਅਤੇ ਬਾਕੀ ਜਿਹੜੀ ਕਬੱਡੀ ਦੀ ਓਪਨਿੰਗ ਸੀ ਬਹੁਤ ਹੀ ਵਧੀਆ ਸੀ, ਇਹ ਕਹਿ ਸਕਦੇ ਹਾਂ। ਇੱਕ ਜਿਸ ਤਰ੍ਹਾਂ ਕਿ ਕ੍ਰਿਕਟ ਨੂੰ ਜਾਂ ਹੋਰ ਗੇਮਾਂ ਨੂੰ ਫੁੱਟਬਾਲ ਨੂੰ ਲਿਆ ਜਾਂਦਾ ਉਸ ਤਰ੍ਹਾਂ ਇਹ ਇੱਕ ਉੱਚ ਦਰਜੇ ਦੀ ਓਪਨਿੰਗ ਸੀ ਜਿਹਦੇ ਵਿੱਚ 14 ਦੇ 14 ਕੰਟਰੀਆਂ ਨੇ ਭਾਗ ਲਿਆ। ਤੁਸੀਂ ਸਾਰੇ ਵਰਲਡ ਕੱਪ ਦੇ ਲਾਈਵ ਅਪਡੇਟਸ ਸਾਡੀ ਵੈਬਸਾਈਟ ਪੰਜਾਬੀ ਸਪੋਰਟਸ .com ਤੇ ਜਾਂ ਫੇਸਬੁੱਕ ਦੇ ਸਾਡੇ ਪੇਜ ਪੰਜਾਬੀ ਸਪੋਰਟਸ ਤੇ ਜਾ ਕੇ ਲੈ ਸਕਦੇ ਹੋ। ਮੋਰੇ ਖੜਕੇ ਹੌਸਲਾ ਕਰਕੇ ਮੋਰੇ
ਖੜਕੇ ਹੌਸਲਾ ਕਰਕੇ ਪੁੱਤਰੇ ਆਸਾਨ ਸਿੰਘਾਂ ਤੋਂ ਖੜਕੇ ਉੱਠ ਵੀ ਲਾ ਕੇ ਕਿਸੇ ਕਿਸੇ ਨੂੰ ਵੱਲ ਹੁੰਦਾ ਡਿੱਗਣ ਦਾ ਰਾਜੇ ਖਿੱਲੇ ਅੜਪ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਚੀਮਿਆਂ ਕੌਡੀ ਖੇਡਣ ਦਾ।